ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਪੰਜਾਬੀਆਂ ਦਾ ਇੰਟਰਨੈਸ਼ਨਲ ਚੈਨਲ। ਮਨਜੀਤ ਸਿੰਘ ਫਿਰਮਣ ਵੱਲੋਂ ਆਪ ਸਭਨਾਂ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਐਡਮਿੰਟਨ ਡੇਅ ਲੈ ਕੇ ਹਾਜ਼ਰ ਹਾਂ ਜੀ। ਦੋਸਤੋ, ਕੈਨੇਡੀਅਨ ਇਮੀਗ੍ਰੇਸ਼ਨ ਸਾਡੇ ਦਰਸ਼ਕਾਂ ਦੇ ਲਈ ਹਮੇਸ਼ਾ ਹੀ ਜਿਗਿਆਸਾ ਦਾ ਵਿਸ਼ਾ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਲਗਾਤਾਰ ਨਵੀਆਂ ਅਪਡੇਟਸ, ਜਾਣਕਾਰੀਆਂ ਆਉਂਦੀਆਂ ਰਹਿੰਦੀਆਂ ਹਨ। ਸਾਡੇ ਦਰਸ਼ਕਾਂ ਦੇ ਕਾਫੀ ਸਵਾਲ ਵੀ ਹੁੰਦੇ ਨੇ, ਇਸ ਲਈ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਅੱਜ ਅਸੀਂ ਐਡਮਿੰਟਨ ਦੀ ਇਮੀਗ੍ਰੇਸ਼ਨ ਕੰਸਲਟੈਂਸੀ EWC ਇਮੀਗ੍ਰੇਸ਼ਨ ਦੇ ਮਾਹਰ ਸਰਦਾਰ ਅਨਮੋਲ ਨਾਗਰਾ ਜੀ ਨੂੰ ਬੁਲਾਇਆ ਜੀ। ਆਓ ਤੁਹਾਡੀ ਮੁਲਾਕਾਤ ਕਰਾਉਂਦੇ ਹਾਂ। ਭਾਜੀ ਜੀ, ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ ਬਹੁਤ ਬਹੁਤ, ਅਤੇ ਜਿੰਨੇ ਵੀ ਆਪਣੇ ਵਿਊਅਰਸ ਇਸ ਸਮੇਂ ਜੁੜੇ ਹੋਏ ਨੇ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਅਨਮੋਲ ਭਾਜੀ, ਹਾਂਜੀ, ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਅਨਮੋਲ ਨਾਗਰਾ ਜੀ ਟਿਕਟੌਕ ਸਟਾਰ ਨੇ। ਅਕਸਰ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਅਪਡੇਟਸ ਨੇ, ਜਾਣਕਾਰੀਆਂ ਨੇ, ਸਾਡੇ ਦਰਸ਼ਕਾਂ ਦੇ ਨਾਲ ਆਪਣੇ ਜਿਹੜੇ ਫੋਲੋਅਰ ਨੇ ਉਹਨਾਂ ਨਾਲ ਸਾਂਝੀਆਂ ਕਰਦੇ ਰਹਿੰਦੇ ਨੇ। ਹਾਂਜੀ ਬਿਲਕੁਲ। ਸੋ ਮੈਂ ਤੁਹਾਨੂੰ ਦਰਖਾਸਤ ਕਰੂੰਗਾ ਜੀ, ਇੱਕ ਜਿਹੜੀ ਇੰਟਰੋ ਆ ਉਸ ਅੰਦਾਜ਼ ਦੇ ਵਿੱਚ ਹੋ ਜਾਵੇ ਤਾਂ ਕਿਆ ਬਾਤ ਹੋ ਜਾਵੇ ਫਿਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਵੀਰ ਅਨਮੋਲ ਨਾਗਰਾ EWC ਇਮੀਗ੍ਰੇਸ਼ਨ ਤੋਂ, ਅਤੇ ਅੱਜ ਆਪਾਂ ਮਨਜੀਤ ਭਾਅ ਜੀ ਉਹਨਾਂ ਨਾਲ ਬੈਠੇ ਹਾਂ, ਇੰਟਰਵਿਊ ਕਰ ਰਹੇ ਹੈਗੇ ਹਾਂ, ਅਤੇ ਅਗੇਨ ਸਾਰਿਆਂ ਦਾ ਦਿਲੋਂ ਹੀ ਸਵਾਗਤ ਅਤੇ ਧੰਨਵਾਦ ਜੁੜਨ ਦੇ ਲਈ। ਕਿਆ ਬਾਤ ਹੈ ਜੀ। ਅਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਇਮੀਗ੍ਰੇਸ਼ਨ ਬਾਰੇ। ਹਾਂਜੀ। ਸੋ ਵਰਕ ਪਰਮਿਟ ਮੈਨੂੰ ਲੱਗਦਾ ਵੀ ਕਾਫੀ ਅਹਿਮ ਵਿਸ਼ਾ ਵਾ ਕੈਨੇਡੀਅਨ ਇਮੀਗ੍ਰੇਸ਼ਨ ਦਾ, ਇਹਦੇ ਉੱਪਰ ਅੱਜ ਗੱਲਬਾਤ ਕਰਦੇ ਹਾਂ ਆਪਾਂ। ਬਿਲਕੁਲ ਜੀ, ਬਿਲਕੁਲ ਬਿਲਕੁਲ। ਸੋ ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜੀ ਕਿ ਜਿਹੜਾ ਕੈਨੇਡੀਅਨ ਵਰਕ ਪਰਮਿਟ ਆ, ਹਾਂਜੀ ਸਰ, ਇਹਦਾ ਜਨਰਲ ਪ੍ਰੋਸੈਸ ਕੀ ਹੈਗਾ ਔਰ ਕੀ ਰਿਕੁਆਇਰਮੈਂਟ ਨੇ ਇਹਦੀਆਂ? ਠੀਕ ਹੈ ਜੀ। ਸੋ ਵਰਕ ਪਰਮਿਟ ਦੇਖੋ, ਇਹ ਇੱਕ ਉਪਰਾਲਾ ਕੀਤਾ ਗਿਆ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ। ਜਦੋਂ ਵੀ ਕਿਸੇ ਫੀਲਡ ਦੇ ਵਿੱਚ ਇੱਥੇ ਲੋਕਲ ਸ਼ੋਰਟੇਜ ਹੁੰਦੀ ਆ ਕਿਸੇ ਪੋਜੀਸ਼ਨਸ ਫਿਲ ਕਰਨ ਲਈ ਜੀ, ਤੇ ਉਦੋਂ ਇਨਕਰੇਜ ਕੀਤਾ ਜਾਂਦਾ ਆ ਇੰਪਲੋਇਰਸ ਨੂੰ ਕਿ ਤੁਸੀਂ ਵਰਕ ਪਰਮਿਟ ਦਾ ਜਿਹੜਾ ਹੈਗਾ ਰਾਊਟ ਲੈ ਕੇ ਤੁਸੀਂ ਇੰਪਲੋਈਜ਼ ਆਪਣੇ ਕੰਮ ਦੇ ਉੱਤੇ ਲਿਆ ਸਕਦੇ ਹੋ, ਅਤੇ ਆਪਣੀ ਜਿਹੜੇ ਹੈਗੇ ਬਿਜ਼ਨਸ ਨੂੰ ਕੋਈ ਧੱਕਾ ਨਾ ਲੱਗੇ ਸ਼ੋਰਟੇਜ ਆਫ ਇੰਪਲੋਇਮੈਂਟ ਕਾਰਨ। ਅਤੇ ਉਸ ਚੀਜ਼ ਦੇ ਲਈ ਹੀ ਵਰਕ ਪਰਮਿਟ ਜਿਹੜਾ ਇੱਕ ਸਿਸਟਮ ਹੈਗਾ ਆ, ਉਸਦੀ ਰਿਕੁਆਇਰਮੈਂਟਸ ਜੇ ਆਪਾਂ ਗੱਲ ਕਰੀਏ ਸਰ, ਉਹ ਡਿਪੈਂਡਿੰਗ ਔਨ ਦੀ ਪੋਜੀਸ਼ਨ, ਜਿਹੜੀ ਵੀ ਪੋਜੀਸ਼ਨ ਦੀ ਆਪਾਂ ਗੱਲ ਕਰਦੇ ਹਾਂ, ਹਰੇਕ ਪੋਜੀਸ਼ਨ ਦੀਆਂ ਆਪਣੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ, ਅਤੇ ਹਰੇਕ ਐਪਲੀਕੈਂਟ ਦਾ ਡਿਫਰੈਂਟ ਕ੍ਰਾਈਟੀਰੀਆ ਐਪਲੀਕੈਂਟ ਨੂੰ ਮੀਟ ਕਰਨਾ ਪੈਂਦਾ ਹੈਗਾ, ਅਤੇ ਸਾਰਾ ਕ੍ਰਾਈਟੀਰੀਆ ਮੀਟ ਕਰਨ ਤੋਂ ਬਾਅਦ ਹੀ ਐਪਲੀਕੈਂਟ ਜਿਹੜਾ ਹੈਗਾ ਵਰਕ ਪਰਮਿਟ ਲੈ ਸਕਦਾ ਹੈ ਕੈਨੇਡਾ ਦਾ ਜੀ। ਅਨਮੋਲ ਜੀ, ਇੱਕ ਨਾ ਟਰਮ ਬਹੁਤ ਯੂਜ਼ ਹੁੰਦੀ ਆ ਵਰਕ ਪਰਮਿਟ ਦੇ ਵਿੱਚ, LMIA। ਹਾਂਜੀ ਸਰ, ਲੀਮਾ ਵੀ ਕਹਿ ਦਿੰਦੇ ਇਹਨੂੰ। ਹਾਂਜੀ ਜੀ। ਸੋ ਇਹ ਐਗਜੈਕਟਲੀ ਹੈ ਕੀ ਆ ਔਰ ਕੀ ਤਰੀਕਾ ਵਾ ਇਸ ਨੂੰ ਅਵੇਲ ਕਰਨ ਦਾ, ਜਿਸ ਨਾਲ ਕਿ ਵਰਕ ਪਰਮਿਟ ਜਿਹੜਾ ਥੋੜ੍ਹਾ ਸੁਖਾਲਾ ਹੋ ਜਾਵੇ? ਹਾਂਜੀ। ਸੋ LMIA ਜਿਹੜੀ ਹੈਗੀ ਆ, ਇਹਦਾ ਜਿਹੜੀ ਇਹ ਸ਼ੋਰਟ ਫਾਰਮ ਹੈਗੀ ਆ, ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਜੀ। ਸੋ ਸਰਵਿਸ ਕੈਨੇਡਾ ਦਾ ਇੱਕ ਡਿਪਾਰਟਮੈਂਟ ਹੈਗਾ ਸਰ, ESTC, ਉਹ ਡਿਪਾਰਟਮੈਂਟ ਦੀ ਰਿਸਪੋਂਸੀਬਿਲਿਟੀ ਕੀ ਹੈਗੀ ਆ ਕਿ ਜੇ ਕੋਈ ਇੰਪਲੋਇਰ ਆਊਟਸਾਈਡ ਆਫ ਕੈਨੇਡਾ ਕਿਸੇ ਇੰਪਲੋਈ ਨੂੰ ਬੁਲਾ ਰਿਹਾ ਹੈਗਾ ਆ, ਉਸ ਦੇ ਨਾਲ ਜਿਹੜੇ ਲੋਕਲ ਕੈਨੇਡੀਅਨ ਨੇ ਉਹਨਾਂ ਦੀ ਜਿਹੜੀ ਹੈਗੀ ਆ ਆਕਿਊਪੇਸ਼ਨਸ ਨੇ ਜਾਂ ਉਹਨਾਂ ਦੀਆਂ ਜੋਬਸ ਦੇ ਉੱਤੇ ਕੋਈ ਧੱਕਾ ਨਾ ਲੱਗੇ, ਕੋਈ ਨੈਗੇਟਿਵ ਇਫੈਕਟ ਨਾ ਆਵੇ ਫੋਰਨ ਵਰਕਰ ਆਉਣ ਦੇ ਲਈ ਜੀ। ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਸਰਵਿਸ ਕੈਨੇਡਾ ਨੇ ਇੱਕ ਡਿਪਾਰਟਮੈਂਟ ਬਣਾਇਆ ਆ, ਅਤੇ ਜਿਹੜੀ LMIA ਐਪਲੀਕੇਸ਼ਨ ਹੁੰਦੀ ਆ, ਇਹ ਇੰਪਲੋਇਰ ਦੀ ਐਪਲੀਕੇਸ਼ਨ ਹੁੰਦੀ ਹੈਗੀ ਹੈ ਜੀ। ਇਹਦੇ ਵਿੱਚ ਬੇਸਿਕਲੀ ਇੰਪਲੋਇਰ ਨੂੰ ਇਹ ਪ੍ਰੂਵ ਕਰਨਾ ਪੈਂਦਾ ਹੈਗਾ ਕਿ ਮੈਨੂੰ ਕੋਈ ਲੋਕਲ ਰਿਕਰੂਟਮੈਂਟ ਮੈਂ ਟਰਾਈ ਕੀਤੀ ਸੀਗੀ, ਲੋਕਲੀ ਮੈਨੂੰ ਬੰਦੇ ਜਿਹੜੇ ਹੈਗੇ ਕੈਂਡੀਡੇਟ ਨਹੀਂ ਮਿਲ ਰਹੇ ਆਪਣੀ ਕੋਈ ਵੀ ਬਿਜ਼ਨਸ ਦੇ ਵਿੱਚ ਸਪੈਸੀਫਿਕ ਪੋਜੀਸ਼ਨ ਦੇ ਲਈ, ਅਤੇ ਮੈਂ ਚਾਹੁੰਦਾ ਹਾਂ ਕਿ ਮੈਂ ਫੋਰਨ ਤੋਂ ਕੋਈ ਵਰਕਰ ਬੁਲਾਵਾਂ, ਸਾਲ ਲਈ ਹੋ ਸਕਦਾ, 2 ਸਾਲ ਲਈ ਹੋ ਸਕਦਾ, ਤਾਂ ਕਿ ਮੇਰਾ ਬਿਜ਼ਨਸ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦੇ ਲੌਸ ਦੇ ਵਿੱਚ ਨਾ ਜਾਵੇ। ਅਨਮੋਲ ਜੀ, ਜਦੋਂ ਆਪਾਂ ਵਰਕ ਪਰਮਿਟ ਦੀ ਜਾਂ LMIA ਦੀ ਗੱਲ ਕਰਦੇ ਹਾਂ, ਹਾਂਜੀ, ਅਤੇ ਤੁਸੀਂ ਇੰਪਲੋਇਰ ਨੂੰ ਅਤੇ ਇੰਪਲੋਈ ਦੋਨਾਂ ਨੂੰ ਕਿਵੇਂ ਹੈਲਪ ਕਰ ਸਕਦੇ ਜੀ? ਹਾਂਜੀ, ਸੋ ਦੇਖੋ, ਐਜ਼ ਅ ਇਮੀਗ੍ਰੇਸ਼ਨ ਕੰਸਲਟੈਂਟ ਅਸੀਂ ਜਿਹੜੇ ਇੰਪਲੋਈ ਦਾ ਵਰਕ ਪਰਮਿਟ ਦੀ ਐਪਲੀਕੇਸ਼ਨ ਹੁੰਦੀ ਹੈਗੀ ਆ, ਉਹਦੇ ਵਿੱਚ ਅਸੀਂ ਅਸਿਸਟ ਕਰ ਸਕਦੇ ਹਾਂ, ਬਿਕੋਜ਼ ਆਪਾਂ ਐਜ਼ ਅ ਕੰਸਲਟੈਂਟ, ਮੈਂ ਐਜ਼ ਅ ਕੰਸਲਟੈਂਟ ਮੈਂਬਰ ਆਫ ICCRC, ਜਿਹੜੀ ਕਿ ਇੱਕ ਰੈਗੂਲੇਟਰੀ ਬਾਡੀ ਹੈਗੀ ਆ, ਅਸੀਂ ਲੀਗਲੀ ਰੈਪ੍ਰਜੈਂਟ ਕਰਦੇ ਹਾਂ ਕਿਸੇ ਵੀ ਕੈਂਡੀਡੇਟ ਨੂੰ ਇਨ ਫਰੰਟ ਆਫ ਐਨੀ ਇਮੀਗ੍ਰੇਸ਼ਨ ਆਫਿਸਰ। ਸੋ ਐਪਲੀਕੇਸ਼ਨ ਦੇ ਵਿੱਚ ਆਪਾਂ ਕੈਂਡੀਡੇਟ ਨੂੰ ਅਸਿਸਟ ਕਰਦੇ ਹਾਂ, ਅਤੇ ਜਿਹੜਾ ਕੋਈ ਵੀ ਇੰਪਲੋਇਰ ਜਿਹੜਾ ਹੈਗਾ ਆ ਉਹ ਇੱਛੁਕ ਆ LMIA ਦੀ ਐਪਲੀਕੇਸ਼ਨ ਕਰਨ ਦੇ ਲਈ, ਉਸ ਦੇ ਵਿੱਚ ਆਪਾਂ ਸਟੈਪ ਬਾਏ ਸਟੈਪ ਜੋ ਵੀ ਪ੍ਰੋਸੈਸ ਹੈਗਾ ਉਸ ਦੇ ਵਿੱਚ ਇੰਪਲੋਇਰ ਨੂੰ ਗਾਈਡ ਵੀ ਕਰ ਸਕਦੇ ਹਾਂ, ਅਤੇ ਇੰਪਲੋਇਰ ਜੇ ਚਾਹੇ ਤਾਂ ਆਪਾਂ ਉਹਨਾਂ ਦੀ ਐਪਲੀਕੇਸ਼ਨ ਦਾ ਸਾਰਾ ਪ੍ਰੋਸੈਸ ਵੀ ਖੁਦ ਕਰ ਸਕਦੇ ਹੈਗੇ ਜੀ। ਹਾਂਜੀ, ਅਤੇ ਇੰਪਲੋਈ ਨੂੰ ਫਿਰ ਤੁਸੀਂ ਕਿਵੇਂ ਹੈਲਪ ਕਰਦੇ ਜੀ? ਹਾਂਜੀ ਸਰ, ਇੰਪਲੋਈ ਨੂੰ ਬੇਸਿਕਲੀ ਜਿਹੜਾ ਵੀ ਕੋਈ ਇੰਪਲੋਈ ਨੀਡ ਦੇ ਵਿੱਚ ਹੈਗਾ, ਉਹਦੇ ਕੋਲ ਆਪਣਾ ਇੰਪਲੋਇਰ ਹੈਗਾ ਆ ਆਲਰੇਡੀ, ਬਿਕੋਜ਼
ਕੋਈ ਵੀ ਜੋਬ ਪੋਸਟਿੰਗ ਹੈਗੀ ਆ, ਕੋਈ ਇੰਪਲੋਇਰ ਪਾਉਂਦਾ ਹੈਗਾ ਆ, ਕਿਸੇ ਇੰਪਲੋਇਰ ਨੂੰ ਲੋਡ ਹੈਗੀ ਆ, ਉਹ ਨੋਰਮਲ ਜੀ ਗੱਲ ਆ ਕਿ ਉਹ ਆਨਲਾਈਨ ਐਡਵਰਟਾਈਜ਼ਿੰਗ ਕਰੇਗਾ ਜਾਂ ਕੋਈ ਹੋਰ ਸੋਰਸ ਦੇ ਥਰੂ ਐਡਵਰਟਾਈਜ਼ ਕਰੇਗਾ, ਨਿਊਜ਼ਪੇਪਰ ਜਿੱਦਾਂ ਤੁਹਾਡਾ ਪ੍ਰਚਲਿਤ ਨਿਊਜ਼ਪੇਪਰ ਆ, ਇਹਦੇ ਵਿੱਚ ਕੋਈ ਐਡ ਕਰ ਸਕਦਾ ਹੈਗਾ। ਸੋ ਜੇ ਕੈਂਡੀਡੇਟ ਨੂੰ ਆਪਣਾ ਇੰਪਲੋਇਰ ਸਪੈਸੀਫਿਕ ਲੱਭ ਜਾਂਦਾ ਹੈਗਾ ਕਿ ਇਹ ਇੰਪਲੋਇਰ ਦੇ ਨਾਲ ਮੈਂ ਕੰਮ ਕਰਨਾ ਚਾਹੁੰਦਾ ਵਾਂ, ਅਤੇ ਅਸੀਂ ਐਪਲੀਕੇਸ਼ਨ ਇੰਪਲੋਈ ਦੀ ਇੱਕ ਰੈਗੂਲੇਟਡ ਤਰੀਕੇ ਦੇ ਨਾਲ ਜੋ ਜੋ ਰਿਕੁਆਇਰਮੈਂਟਸ ਹੁੰਦੀਆਂ ਨੇ ਐਪਲੀਕੇਸ਼ਨ ਦੇ ਵਿੱਚ, ਉਹ ਸਾਰੀਆਂ ਹੀ ਆਪਾਂ ਕੈਂਡੀਡੇਟ ਨੂੰ ਇੱਕ ਮਦਦ ਦੇ ਤੌਰ 'ਤੇ, ਇੱਕ ਐਜ਼ ਅ ਪ੍ਰੋਫੈਸ਼ਨਲ ਉਹਨਾਂ ਦੀ ਪ੍ਰੋਪਰ ਐਪਲੀਕੇਸ਼ਨ ਕਰਕੇ ਇਮੀਗ੍ਰੇਸ਼ਨ ਦੇ ਸਾਹਮਣੇ ਪ੍ਰਜੈਂਟ ਕਰ ਸਕਦੇ ਹਾਂ। ਅਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਿਹੜਾ ਐਪਲੀਕੈਂਟ ਹੈਗਾ, ਅਸੀਂ ਪਹਿਲਾਂ ਇਹ ਜ਼ਰੂਰ ਦੇਖਦੇ ਹਾਂ ਕਿ ਕੋਈ ਵੀ ਐਪਲੀਕੈਂਟ ਹੈਗਾ ਵਰਕ ਪਰਮਿਟ ਦੀ ਐਪਲੀਕੇਸ਼ਨ ਦੇ ਲਈ, ਕਿ ਉਹਦੀਆਂ ਐਲੀਜੀਬਿਲਿਟੀ ਉਹ ਜੋਬ ਦੀ ਰਿਕੁਆਇਰਮੈਂਟ ਮੀਟ ਕਰ ਰਿਹਾ ਹੈਗਾ ਜਾਂ ਨਹੀਂ ਕਰ ਰਿਹਾ। ਸੋ ਸਾਡੀ ਪਹਿਲੀ ਜਿਹੜੀ ਹੈਗੀ ਆ ਪ੍ਰਾਇਓਰਿਟੀ ਇਹੀ ਹੁੰਦੀ ਹੈ ਕਿ ਕਦੀ ਵੀ ਕੋਈ ਕੈਂਡੀਡੇਟ ਗਲਤ ਜੋਬ ਆਫਰ ਲੈ ਕੇ ਆਪਣੇ ਵਰਕ ਪਰਮਿਟ ਦੇ ਰਿਫਿਊਜ਼ਲ ਨਾ ਲਵਾ ਲਵੇ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕੈਂਡੀਡੇਟ ਨੂੰ ਪ੍ਰੋਪਰ ਗਾਈਡ ਕਰਨ ਲਈ ਕਿ ਤੁਹਾਡੇ ਵਰਕ ਐਕਸਪੀਰੀਅੰਸ ਦੇ ਬੇਸਿਸ ਦੇ ਉੱਤੇ ਕਿਹੜਾ ਵਰਕ ਪਰਮਿਟ ਜਾਂ ਤੁਸੀਂ ਕਹਿ ਲਓ ਕਿ ਕਿਹੜੀ ਜੋਬ ਆਫਰ ਤੁਹਾਡੇ ਲਈ ਐਪਲੀਕੇਬਲ ਹੈਗੀ ਹੈ। ਸੋ ਸ਼ੁਰੂ ਤੋਂ ਲੈ ਕੇ ਵਰਕ ਪਰਮਿਟ ਕਰਾਉਣ ਤੱਕ, ਈਵਨ PR ਕਰਾਉਣ ਤੱਕ, ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਦੇ ਹੈਗੇ। ਬਿਲਕੁਲ ਜੀ, ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਮਾਹਰ ਜੇ ਸਰਟੀਫਾਈਡ ਇਮੀਗ੍ਰੇਸ਼ਨ ਕੰਸਲਟੈਂਟ ਜੇ, ਸੋ ਤੁਹਾਡਾ ਤਜਰਬਾ, ਨੌਲੇਜ ਜਿਹੜੀ ਆ, ਸਕਿੱਲਸ ਜਿਹੜੀਆਂ ਨੇ, ਉਹ ਇੰਪਲੋਇਰ ਨੂੰ ਔਰ ਇੰਪਲੋਈਸ ਦੋਨਾਂ ਨੂੰ ਬੈਨੀਫਿਸ਼ੀਅਲ ਹੁੰਦੀਆਂ ਨੇ। ਬਿਲਕੁਲ। ਅਗਲੀ ਗੱਲਬਾਤ ਕਰਦੇ ਹਾਂ ਜੀ ਕਿ ਕਾਫੀ ਸਾਡੇ ਦਰਸ਼ਕ ਹੋਣਗੇ, ਉਹ ਚਾਹੁੰਦੇ ਨੇ ਭਾਈ ਵੀ ਵਰਕ ਪਰਮਿਟ ਲੈ ਕੇ ਅਸੀਂ ਕੈਨੇਡਾ ਆ ਜਾਈਏ। ਹਾਂਜੀ ਸਰ। ਹੋ ਸਕਦਾ ਉਹ ਇੰਡੀਆ ਵਿੱਚ ਬੈਠੇ ਹੋਣ, ਹਾਂਜੀ, ਜਾਂ ਹੋਰਨਾਂ ਦੇਸ਼ਾਂ ਵਿੱਚ, ਖਾਸ ਕਰਕੇ ਜਿਵੇਂ ਆਪਾਂ ਦੁਬਈ ਦੀ ਗੱਲ ਕਰ ਲੈਂਦੇ ਹਾਂ, ਹਾਂਜੀ, ਅਬੂਧਾਬੀ ਦੀ, UAE ਦੀ ਗੱਲ ਕਰ ਲੈਂਦੇ ਹਾਂ। ਬਿਲਕੁਲ ਜੀ। ਔਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਵੀ ਕਾਫੀ ਤੁਹਾਨੂੰ ਕੰਟੈਕਟ ਕਰਦੇ ਨੇ ਲੋਕ, ਹਾਂਜੀ ਹਾਂਜੀ, ਸੋ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹਾਂ, ਔਰ ਉਹਨਾਂ ਲਈ ਜਿਹੜਾ ਵਰਕ ਪਰਮਿਟ ਲੈਣਾ ਵਾ ਉਹ ਕਿੰਨਾ ਸੌਖਾ ਜਾਂ ਔਖਾ? ਦੇਖੋ, ਵਰਕ ਪਰਮਿਟ ਲੈਣਾ, ਕੋਈ ਜੇ ਆਪਾਂ ਦੇਖੀਏ ਇਹਦੀ ਰਿਕੁਆਇਰਮੈਂਟਸ ਦੇਖੀਏ ਵਰਕ ਪਰਮਿਟ ਦੀਆਂ, ਕਿਸੇ ਵੀ ਪੋਜੀਸ਼ਨ ਦੇ ਵਿੱਚ ਆਪਾਂ ਲੈ ਲਈਏ, ਫੋਰ ਐਗਜ਼ਾਮਪਲ ਆਪਾਂ ਦੁਬਈ ਜਾਂ UAE ਦੀ ਗੱਲ ਕਰਦੇ ਹੈਗੇ, ਉੱਥੋਂ ਆਪਣੇ ਬਹੁਤ ਵੀਰ ਭੈਣ ਜਿਹੜੇ ਟਰੱਕਿੰਗ ਬਿਜ਼ਨਸ ਦੇ ਵਿੱਚ ਹੈਗੇ ਆ, ਐਜ਼ ਅ ਟਰੱਕ ਡਰਾਈਵਰ ਕੰਮ ਕਰ ਰਹੇ ਨੇ ਜਾਂ ਕਈਆਂ ਦੀਆਂ ਕੰਪਨੀਜ਼ ਰਨ ਕਰ ਰਹੇ ਨੇ ਟਰੱਕਿੰਗ ਦੀਆਂ ਜੀ। ਸੋ ਜੇ ਆਪਾਂ ਉਸ ਚੀਜ਼ ਦੀ ਗੱਲ ਕਰੀਏ, ਜੇ ਤੁਹਾਡੇ ਕੋਲ ਸਾਲ ਤੋਂ 2 ਸਾਲ ਦਾ ਮਿਨੀਮਮ ਐਕਸਪੀਰੀਅੰਸ ਹੈਗਾ ਆ, ਸਭ ਤੋਂ ਜ਼ਰੂਰੀ ਮਨਜੀਤ ਭਾਅ ਜੀ ਇਹਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਬਹੁਤੇ ਐਕਸਪੀਰੀਅੰਸ ਹੁੰਦਾ ਹੈਗਾ ਬੰਦਿਆਂ ਕੋਲ, ਸਾਲ ਦਾ, 2 ਸਾਲ ਦਾ, ਈਵਨ 10-10 ਸਾਲ ਦਾ ਵੀ ਐਕਸਪੀਰੀਅੰਸ ਹੁੰਦਾ, ਸਪੈਸ਼ਲੀ ਆਪਾਂ ਇੰਡੀਆ ਤੋਂ ਬਹੁਤ ਐਕਸਪੀਰੀਅੰਸਡ ਬੰਦੇ ਹੈਗੇ, ਬਟ ਉਹਨਾਂ ਕੋਲ ਕੋਈ ਪਰੂਫ ਨਹੀਂ ਹੁੰਦਾ ਉਸ ਐਕਸਪੀਰੀਅੰਸ ਦਾ। ਬਿਲਕੁਲ। ਕਿ ਕੈਸ਼ 'ਤੇ ਕੰਮ ਕਰ ਰਹੇ ਹਾਂ, ਕੋਈ ਤੁਸੀਂ ਟੈਕਸ ਨਹੀਂ ਉਤਾਰ ਰਹੇ, ਸਪੈਸ਼ਲੀ ਇੰਡੀਆ ਦੇ ਵਿੱਚ ਕਾਮਨਲੀ ਦੇਖਣ ਨੂੰ ਇਹ ਚੀਜ਼ ਮਿਲਦੀ ਹੈਗੀ ਆ। ਸੋ ਉਹ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਪਰੂਫ ਕਰਨਾ ਤੁਹਾਨੂੰ ਵਰਕ ਐਕਸਪੀਰੀਅੰਸ ਬਹੁਤ ਜ਼ਰੂਰੀ ਹੋ ਜਾਂਦਾ ਹੈ ਜਦੋਂ ਵਰਕ ਪਰਮਿਟ ਤੁਸੀਂ ਅਪਲਾਈ ਕਰਦੇ ਹਾਂ। ਸੋ ਜੇ ਤੁਸੀਂ ਵਰਕ ਪਰਮਿਟ UAE ਤੋਂ ਕਰ ਰਹੇ ਹੋ, ਇੰਡੀਆ ਤੋਂ ਕਰ ਰਹੇ ਹੋ, ਤੁਹਾਡਾ ਮੇਨ ਫੋਕਸ ਉਹਦੇ 'ਤੇ ਇਹ ਹੋਣਾ ਚਾਹੀਦਾ ਕਿ ਤੁਹਾਡਾ ਵਰਕ ਐਕਸਪੀਰੀਅੰਸ ਪਰੂਵ ਹੋਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਉਹਦੇ ਵਿੱਚ। ਹੁਣ ਜੇ ਤੁਸੀਂ ਕੋਈ ਲੈਟਰ ਲੈ ਲਏ ਹੋ, ਆਪਣੇ ਇੰਪਲੋਇਰ ਤੋਂ ਲੈਟਰ ਲੈ ਰਹੇ ਹੋ, ਮੇਕ ਸ਼ੋਰ ਕਰੋ ਕਿ ਉਹਦੇ ਵਿੱਚ ਤੁਹਾਡੀ ਜੋਬ ਡਿਊਟੀਜ਼, ਤੁਹਾਡਾ ਟਾਈਟਲ, ਸਾਰਾ ਕੁਝ ਤੁਹਾਡਾ ਜਿਹੜਾ ਹੈਗਾ ਮੈਂਸ਼ਨ ਕੀਤਾ ਹੋਵੇ, ਤਾਂ ਕਿ ਜਦੋਂ ਆਫਿਸਰ ਤੁਹਾਡੀ ਫਾਈਲ ਅਸੈਸ ਕਰਦੇ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਤੁਹਾਡਾ ਐਕਸਪੀਰੀਅੰਸ ਪਰੂਵ ਕਰਨ ਦੇ ਵਿੱਚ। ਅਤੇ ਦੂਸਰੀ ਗੱਲ ਸਰ, ਜਿੱਦਾਂ ਆਪਾਂ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਸੀ, ਹੁਣ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਈਵਨ ਦੋ ਕਿ ਬਹੁਤ ਵਧੀਆ ਕੰਟਰੀਜ਼ ਨੇ, ਜੋਬ ਰੇਟ ਉੱਥੇ ਜਿਹੜੇ ਹੈਗਾ ਆ, ਜੋਬਸ ਬਹੁਤ ਨੇ, ਪੇ ਰੇਟ ਬਹੁਤ ਵਧੀਆ ਹੈਗਾ ਆ, ਬਟ ਉੱਥੇ ਕੀ ਹੁਣ ਚੱਲ ਰਿਹਾ ਸਰ ਕਿ PR ਹੋਣ ਦੇ ਵਿੱਚ ਬਹੁਤ ਮੁਸ਼ਕਿਲ ਆ ਰਹੀ ਹੈ। ਬਿਲਕੁਲ, ਪੱਕੇ ਹੋਣ 'ਚ ਕਾਫੀ ਸਮੱਸਿਆਵਾਂ ਆ ਰਹੀਆਂ। ਹਾਂਜੀ ਹਾਂਜੀ। ਸੋ ਉੱਧਰੋਂ ਆਪਣੇ ਵੀਰਾਂ ਭੈਣਾਂ ਦਾ ਝੁਕਾਅ ਹੈਗਾ ਕਿ ਆਪਾਂ ਕੈਨੇਡਾ ਮੂਵ ਹੋਈਏ, ਕਿਉਂਕਿ ਕੈਨੇਡਾ ਫੈਸਿਲੀਟੇਟ ਕਰਦਾ ਹੈ ਇਮੀਗ੍ਰੈਂਟਸ ਨੂੰ, ਹੈ ਨਾ। ਸੋ ਉਹਦੇ ਵਿੱਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਜਿਹੜਾ ਐਕਸਪੀਰੀਅੰਸ ਹੈ ਸਰ, ਉਹ ਬਹੁਤ ਹੀ ਵਧੀਆ ਐਕਸਪੀਰੀਅੰਸ ਮੰਨਿਆ ਜਾਂਦਾ, ਕਿਉਂਕਿ ਇੱਥੇ ਕੈਨੇਡਾ ਵਰਗਾ ਹੀ ਐਕਸਪੀਰੀਅੰਸ ਹੈ, ਸੇਮ ਹੀ ਉੱਥੇ ਸਾਰਾ ਕੁਝ ਸਿਸਟਮ ਚੱਲ ਰਿਹਾ ਹੈਗਾ। ਸੋ ਉੱਥੋਂ ਜੇ ਤੁਸੀਂ ਸਕਿੱਲਡ ਕਿਸੇ ਵੀ ਪੋਜੀਸ਼ਨਸ, ਕਿਸੇ ਹੋਟਲ ਦੇ ਵਿੱਚ ਤੁਸੀਂ ਸੁਪਰਵਾਈਜ਼ਰ ਆ ਰਹੇ ਹੋ, ਕਿਸੇ ਰੈਸਟੋਰੈਂਟ, ਕਿਸੇ ਰਿਟੇਲ ਬਿਜ਼ਨਸ 'ਚ ਆ ਰਹੇ ਹੋ, ਉਹਨਾਂ ਦੇਸ਼ਾਂ ਦੇ ਵਿੱਚ ਤੁਹਾਡੇ ਕੋਲ 1 ਸਾਲ ਜਾਂ 2 ਸਾਲ ਦਾ ਐਕਸਪੀਰੀਅੰਸ ਹੈਗਾ ਹੈ, ਅਤੇ ਤੁਸੀਂ ਐਜ਼ ਅ ਸੁਪਰਵਾਈਜ਼ਰ, ਐਜ਼ ਅ ਮੈਨੇਜਰ, ਐਜ਼ ਅ ਟਰੱਕ ਡਰਾਈਵਰ, ਕੁੱਕ, ਸ਼ੈਫ, ਕਿਸੇ ਵੀ ਪੋਜੀਸ਼ਨ ਦੇ ਵਿੱਚ ਈਜ਼ੀਲੀ ਕੈਨੇਡਾ ਆ ਸਕਦੇ ਹੋ ਜੀ। ਸੋ ਵਰਕ ਪਰਮਿਟ ਮਿਲ ਸਕਦਾ ਇਹਨਾਂ ਦੇਸ਼ਾਂ ਤੋਂ? ਬਹੁਤ ਹੀ ਈਜ਼ੀਲੀ ਮਿਲ ਸਕਦਾ ਜੀ, ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਤੋਂ ਜੀ। ਇਹ ਤਾਂ ਗੱਲਬਾਤ ਹੋ ਗਈ ਜੀ ਜਿਹੜੇ ਕੈਨੇਡਾ ਤੋਂ ਬਾਹਰਲੇ ਦੇਸ਼ਾਂ ਤੋਂ ਆ। ਹਾਂਜੀ ਸਰ। ਵਿਦਇਨ ਕੈਨੇਡਾ ਜਿਹੜਾ ਵਰਕ ਪਰਮਿਟ ਲੈਣਾ ਵਾ, ਹਾਂਜੀ, ਉਹ ਕਿਵੇਂ ਡਿਫਰੈਂਟ ਆ ਆਊਟਸਾਈਡ ਆਫ ਕੈਨੇਡਾ ਵਰਕ ਪਰਮਿਟ ਲੈਣ ਤੋਂ? ਠੀਕ ਹੈ ਜੀ। ਸੋ ਇਹਦੇ ਵਿੱਚ ਸਰ ਬਹੁਤ ਜੋਬਸ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਲੇਬਰ ਜੋਬਸ ਕਹਿ ਲਈਏ, ਜਾਂ ਜਿਹੜੀ ਜੋਬਸ ਦੇ ਵਿੱਚ ਸਕਿੱਲ ਦੀ ਰਿਕੁਆਇਰਮੈਂਟ ਨਹੀਂ ਹੁੰਦੀ ਜੀ, ਉਹਨਾਂ ਜੋਬਸ ਦੇ ਵਿੱਚ ਆਊਟਸਾਈਡ ਆਫ ਕੈਨੇਡਾ ਜਦੋਂ ਐਪਲੀਕੇਸ਼ਨ ਆਪਾਂ ਕਰਦੇ ਹਾਂ, ਜੇ ਐਕਸਪੀਰੀਅੰਸ ਤੋਂ ਬਿਨਾਂ
वर्क परमिट करवाना औखा हो जाता आउटसाइड ऑफ कैनेडा। बट इन्हां जॉब्स दे विच जे कोई वीर भैन विजिटर आया होया हैगा इत्थे, उन्हां जॉब्स दे विच आपां फॉर एग्जाम्पल मैं तुहानूं दे सकदा हां जिदा किचन हैल्पर हो गया जी, कैशियर हो गया, या फार्म वर्कर हो गया, या किसी भी तरह की लेबर जॉब हैगी है, उस जॉबां दे विच आउटसाइड ऑफ कैनेडा वीज़ा प्रोबेबिलिटी घट हुंदी है। विद इन कैनेडा तुसीं आउंदे हो, तुसीं जिहड़ा हैगा अपलाई करके ईजीली वर्क परमिट उन्हां जॉब्स दे विच लै सकदे हो। दूसरा बेनीफिट ये हैगा सर कि विद इन कैनेडा तुसीं पोर्ट ऑफ एंट्री ते भी जाके अपना वर्क परमिट लै सकते हो। तो हुण ड्यू टू COVID-19 पब्लिक पॉलिसी एक ये हैगी है कि तुसी ईवन ऑनलाइन भी विद इन कैनेडा अपना वर्क परमिट अप्लाई कर सकते हो। सो मेरे हिसाब दे नाल जे तुसी विद इन कैनेडा हो तो वर्क परमिट लैण दे विच थोड़ी जी आसानी हो जाती है, थोड़ा ईजी हो जाता, ईजी हो जाता है। अनमोल भाजी एक ना टर्म मैं सुनता हूँ काफ़ी चिर दी, हाँ जी, कहते जी फ्लैग पोल कर जाना, हाँ जी। सो ये फ्लैग पोल जरा वा एग्जैक्टली है कि आ, क्योंकि मैं भी जो नवा नवा आया मैं लगता भी जाके उ झंडा झुंडा लहराना कुछ। हाँ जी, हाँ जी। सो फ्लैग पोलिंग जो आप जो पहला गल की कि पोर्ट ऑफ एंट्री ते जाके तुसी वर्क परमिट लै सकते हो जी। सो पोर्ट ऑफ एंट्री तुसी लैंड बॉर्डर ते ही जाके जिहड़े फ्लैग पोलिंग कर सकते हो। फ्लैग पोलिंग बेसिकली की हैगा कि तुसी कंट्री आउट कर रहे हो, कैनेडा टू US जा रहे हो, तो फिर री एंटर कर रहे हो कैनेडा दे विच जी। सो उस जिहड़ा प्रोसीजर हैगा उन्हूं फ्लैग पोलिंग कह देंदे आ सर। ठीक है जी। बहुत ही कई बार सुनने नूं मिलदा है कि बहुत पता नहीं कि उत्थे जाके करना पवेगा, बट बहुत ही सिंपल प्रोसैस है। तुसीं वॉक करदे हो US वल नूं ते बाद च री एंटर कैनेडा च करके CBSA ऑफिसर दे सामने अपना पेश हुंदे हो अपनी फाइल लैके, ते उत्थे तुहाडी फाइल दी असैसमेंट हो जांदी है जी। फिर तुहाडे दस्तावेज वगैरह जिहड़े आ चैक करदे आ ते आई बिलीव उत्थे ही फिर डिसीजन लेने दे। हाँ जी। सो उत्थे देखो इहदे विच बहुत एक बेनीफिशियल गल हैगी है कि जदों तुसी बॉर्डर ते जाने हो, पोर्ट ऑफ एंट्री ते जाने हो, ईजीली तुहानू घंटे, दो घंटे, तीन घंटे दे विच वर्क परमिट इशू हो जाता है। इन कंपेयर टू ऑनलाइन एप्लीकेशन दा प्रोसैस बहुत लंबा चला जाता है जी। हाँ जी। हुण आपां गलबात करदे हां कि जिहड़ा वर्क परमिट आ इहदे वास्ते एलिजीबिलिटीज़ कहिड़ियां होईन, जां डॉक्यूमेंट्स किहो किहो जे सानू लोड पै सकदी आ। हाँ जी। आईलेट्स की किन्नी की जरूरत है ये? ठीक है जी। सो जिहड़ियां तां भाजी स्किल्ड पोजिशनज़ हैगियां, स्किल्ड पोजिशनज़ आपां कंसीडर करदे हां जे कोई स्पेसिफिक ट्रेड की पोजिशन आ, कोई पेंटर आ, कोई रूफर हैगा, कारपेंटर हैगा, जां आपां किसी रेस्टोरेंट या गैस स्टेशन दे उत्ते सुपरवाइजर मैनेजर हैगे आ, उन्हां जिहड़ियां पोजिशनज़ दे विच घट्टो घट्ट भी एक्सपीरियंस की 2 या 3 साल की रिक्वायरमेंट हुंदी हैगी है। आयल्स दे विचों तुहाडे बहुते नहीं तां CLB 5 एक कनेडियन लैंग्वेज बेंचमार्क एक कैनेडा ने सिस्टम बनाया होया हैगा। सो जे मैं CLB 5 कह रहा तां मैं रैफर कर रहा, जे आयल्स कर रहे हैं तुसीं 5 ईच ते रीडिंग चो 4, जे सेलपेप कर रहे हैगे तां 5 ईच। ठीक है जी। ठीक है जी। सो ते मिनिमम तुहाडे कोल +2 होनी चाहीदी हैगी। इह 3 रिक्वायरमेंट्स तुसीं मीट करदे होवो तां स्किल्ड पोजिशन दे विच तुसीं वर्क परमिट लै सकदे हुंदे हो। हाँ जी। जे तुसीं गल करिए आपां नॉन स्किल पोजिशनस दीआं जिहदे विच कोई एक्सपीरियंस दी नहीं रिक्वायरमेंट हुंदी, जिहदे विच लोंग हॉल ट्रक ड्राइवर आ जांदे ने, जिहदे विच कैशियर आ जांदे ने जी, जां होर बहुत पोजिशनस आ जांदियां ने, उहदे विच तो एक्सपीरियंस दी कोई रिक्वायरमेंट नहीं हुंदी। ਤੁਹਾਡੇ ਕੋਲ ਮਿਨੀਮਮ CLB 4 ਆਇਲਸ ਦੇ ਵਿੱਚੋਂ ਹੋਵੇ ਅਤੇ ਮਿਨੀਮਮ +2 ਹੋਵੇ। ਸਰ +2 ਆਪਾਂ ਹਰ ਇੱਕ ਕੈਂਡੀਡੇਟ ਨੂੰ ਸੁਜੈਸਟ ਕਰਦੇ ਹਾਂ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਇਹਨਾਂ ਪੋਜੀਸ਼ਨਸ ਦੇ ਵਿੱਚ ਵਰਕ ਪਰਮਿਟ ਤੁਹਾਨੂੰ ਜ਼ਰੂਰ ਮਿਲ ਜਾਂਦਾ ਵਿਦਆਊਟ +2, ਬਟ PR ਦਾ ਜਿਹੜਾ ਹੈਗਾ ਤੁਸੀਂ ਸੁਪਨਾ ਜਿਹੜਾ ਦੇਖ ਕੇ ਕੈਨੇਡਾ ਆਏ ਆ ਜੀ, ਉਹ ਵਿਦਆਊਟ +2 ਨਹੀਂ ਪੂਰਾ ਹੋ ਸਕਦਾ। ਸੋ +2 ਤੇ ਆਈਲੈਟਸ ਜਿਹੜੇ ਨੇ ਦੋਨੋਂ ਕਾਫੀ ਅਹਿਮ ਨੇ, ਬਹੁਤ ਅਹਿਮ, ਤੁਸੀਂ PR ਲੈਣੀ ਆ ਬਾਅਦ ਵਿੱਚ। ਬਿਲਕੁਲ ਜੀ, ਬਿਲਕੁਲ ਬਿਲਕੁਲ। ਅਨਮੋਲ ਜੀ ਇੱਥੇ ਇੱਕ ਨਾ ਬ੍ਰੇਕ ਦਾ ਸਮਾਂ ਹੋ ਚੁੱਕਿਆ ਵਾ। ਠੀਕ ਹੈ ਜੀ। ਕਾਫੀ ਅਹਿਮ ਜਾਣਕਾਰੀ ਆਪਾਂ ਦਰਸ਼ਕਾਂ ਦੇ ਨਾਲ ਸਾਂਝੀ ਕਰ ਰਹੇ ਹਾਂ। ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਵਾਰੀ ਸਾਡੇ ਦਰਸ਼ਕਾਂ ਦੇ ਨਾਲ ਆਪਣਾ ਜਿਹੜਾ ਸੰਪਰਕ ਨੰਬਰ ਆ ਉਹ ਜ਼ਰੂਰ ਸਾਂਝਾ ਕਰ ਦਿਓ ਜੀ। ਠੀਕ ਹੈ ਜੀ। ਸੋ ਸੰਪਰਕ ਨੰਬਰ ਸਾਡਾ ਹੈਗਾ ਜੀ 780-246-4848, 780-246-4848। इस नंबर ते किसी भी टाइम तुसी ड्यूरिंग बिजनेस आवर्स 9 AM to 7 PM कॉल करके कभी भी अपॉइंटमेंट बना सकते हो। तो साडा जिहड़ा ऑफिस हैगा आ यूनिट 207 2603 ह्यूज वे एडमिंटन अल्बर्टा दे विच, तुसी कभी भी टाइम वॉक इन भी कर सकते हो भाजी। ठीक है जी। हाँ जी। सो प्रोग्राम के अगले हिस्से दे विच वर्क परमिट नाल संबंधित होर भी अहम जानकारियां तुहाडे नाल सांझियां करांगे जी। तुसी देखते रहना प्रोग्राम एडमिंटन डायरी।
प्रोग्राम एडमिंटन डायरी दे विच ब्रेक तो बाद आप जी का फिर तो स्वागत है जी। साड़ी गलबात चल रही थी EWC इमीग्रेशन दे एक्सपर्ट सरदार अनमोल नागरा जी दे नाल। हाँ जी भाजी, तुसी जिक्र कीता सीगा कि जिहड़े कैनेडा दे विच विजिटर आए हुए ने, हाँ जी, वो वर्क परमिट लई एलिजिबल ने, लै सकदे ने। बिल्कुल जी, साडे कई दोस्त ने वो आउंदे ने जदों ते देखदे आ भी ट्रकिंग इंडस्ट्री काफ़ी वड्डी इंडस्ट्री आ कैनेडा दे विच। बिल्कुल, वो आशा करते हैं, सोचते हैं कि आप ट्रकिंग का लाइसेंस जिन्हों पर क्लास वन लाइसेंस कह दें, हाँ जी, वो ले लिए कि ये पॉसीबल है। हाँ जी बिल्कुल, देखो जो भी तुसी विजिट ते आने हो अपना यही हुंदा है, जो भी आप वर्क परमिट लेना है कि डेफिनेटली ऑप्शनस बहुत होंदिया ने, बट बेस्ट ऑप्शन आप देखते हैं कि जिदे विच सखाला वर्क परमिट मिल जाए तो वैल पेइंग जॉब होवे। हुण ट्रकिंग दे विच देखो तुसी ऑन एन एवरेज वधिया ग्रॉस जिहड़ी कर लैंदा हैगा एक ड्राइवर, ट्रक ड्राइविंग दे विच जे तुसी वर्क परमिट लेना चाहुंदे हो विद इन कैनेडा, ओंटेरियो एक इदां दी प्रोविंस हैगी आ जिहड़ी तुहानू ए जेड लाइसेंस जिहड़ा क्लास वन दा लाइसेंस दे दिंदी हैगी आ विजिटर स्टेटस दे उत्ते जी। उहदे विच सर वो मेल्ट प्रोग्राम जिहड़ा हैगा तुहानू सर्टन आवर्स क्लास दे विच लगा के फिर रोड टेस्ट दे के तुसी क्लास वन दा लाइसेंस लै लैंदे हो। क्लास वन दा लाइसेंस ही इक्को ही रिक्वायरमेंट आ विद इन कैनेडा ट्रकिंग दा वर्क परमिट लैण दे लई। क्लास वन का लाइसेंस हैगा तुहाडे कोल, प्लस टू हैगी आ, ते तुसी एक LMIA बेस्ड जॉब ऑफर लै लैंदे हो किसी एम्पलॉयर तो ईजीली तुसी वर्क परमिट लै सकते हो जी। बिल्कुल जी, अगर तुसी इंडिया तो या किसी होर मुल्क तो विजिटर आए हुए जी, हाँ जी, और अगर तुसी ट्रकिंग दे विच शौक रखते जे और आके अगर तुसी ओंटारियो तो ही गल की तुसी, हाँ जी, हाँ जी, उत्थों तुहानूं जी क्लास वन का लाइसेंस मिल सकता वा और दैट विल हैल्प टू गैट योर वर्क परमिट हेयर। हाँ जी एबसोल्यूटली। अगली गलबात करते हैं जी कि वर्क परमिट मिल गया सानू, हाँ जी, वर्क परमिट तो बाद की, हाँ जी, कोई अगर मान लो भी मैरिड कपल आ या उन्होंने बच्चे भी ने, हाँ जी, कि वो ऑल टूगैदर कम इत्थे आ सकते हैं या सिर्फ तुहानू जिहड़ा एप्लीकेंट उही पहला आ सकता जी। तो देखो इहदे विच सर डिपेंड करता तुसी किहड़ी जॉब का वर्क परमिट लिया होया हैगा। हुण जे आपां ट्रकिंग की गल करिए, ट्रकिंग जिहड़ी हैगी इहदे विच कोई स्किल दी रिक्वायरमेंट नहीं हैगी, नॉक सी दी जॉब हैगी आ। सो नॉक मैं तुहानू एक दस दिना हैगा कि नॉक एक नैशनल ऑक्यूपेंस कोड हैगा आ जी। सो उहदे विच की हैगा कि जिहड़े स्किल सैट दे हिसाब दे नाल उहनां ने एक डिवाइड कीतियां होईयां ने जॉब्स। सो जिहड़ा नॉक ओ ए या बी हैगा उहनू आपां स्किल्ड पोजिशनस गिणदे आ, जिहड़ा नॉक सी या डी हैगा ओह नॉन स्किल पोजिशनस हुंदियां ने जी। सो जिहड़े तां नॉक ओ ए या बी दे विच एप्लीकेंट्स हुंदे ने ओह अपने स्पाउस नूं, अपने हसबेंड या वाइफ नूं ते बच्चियां नूं बुला सकदे ने कैनेडा ऑन अ वर्क परमिट, बच्चों लिए स्टडी परमिट। तो जिहड़े नॉक सी या डी दे विच हुंदे ने सर वो एलिजिबल नहीं हुंदे अपने बच्चों नूं ते वाइफ नूं बुलाउण दे लई। अच्छा जी। सो उस दे विच सर विजिट वीज़ा वो ट्राई कर सकते ने अपने बच्चों का या अपने वाइफ का। उहदे विच की हैगा जे विजिट ते भी कोई बच्चा आ जाता हैगा, नॉक सी दी जॉब हैगी आ, तुहाडा बच्चा इत्थे विजिट दे एंटर हो जाता हैगा, वो अपनी जिहड़ी फ्री एजुकेशन कर सकता हैगा आ, ईवन दो कि उहदे कोल स्टडी परमिट नहीं हैगा ते तुहाडी जॉब नॉक सी दी हैगी आ। पर जे तुसी नॉक ओ ए या बी जिहड़ियां कि स्किल्ड पोजिशनस हुंदियां ने जिहदे विच ट्रेड्स आ जांदे ने जां तुहाडा सुपरवाइजर आ जांदा हैगा, मैनेजर आ जांदे, इदां दी पोजिशनस आ जांदियां हैगियां, उस दे विच तुसी इनिशियली आप कैनेडा पहलां एंटर करदे हो, आप तुसी डेमोंस्ट्रेट करदे हो गवर्नमेंट नूं कि मैनूं जिहड़ी जॉब ऑफर मिली सीगी उस दे विच मैं सक्सैसफुली अपने घंटे पूरे कर रहा हैगा, ते मैं स्किल्स जिहड़ियां ने हैगियां ने, हाँ, अपनी स्किल्स जिहड़ियां यूटिलाइज़ कर रहा हैगा, कनेडियन इकोनमी नूं कंट्रीब्यूशन पा रहा हैगा, महीना दो महीने काम करके तीन महीने काम करके तुसी अपने स्पाउस दा जिहड़ा हैगा ओपन वर्क परमिट लगा सकदे हो, ते 18 साल तो घट तुहाडे बच्चे ने उहनां दा स्टडी परमिट तुसी अप्लाई कर सकदे हो जी। चलो तुसी वैसे गल शुरू ही कर ही लई है कि स्टडी परमिट कर सकते हैं, हाँ जी। इहदे नाल एक होर रिलेटेड सवाल आ कि जिहड़ी तुहाडी एजुकेशन आ, हाँ जी, वो की तुहाडी जिहड़ी आ वह गवर्नमेंट स्पॉन्सर्ड होएगी, फ्री होएगी या तुहानूं अपनी जेब चों पे करना पै सकदा। एक होर सवाल, हाँ जी, हैल्थ फैसिलिटीज़ भी काफ़ी एक्सपेंसिव आ जी कैनेडा दे विच, हाँ जी, हाँ जी, कि जिहड़े वर्क परमिट ते लोक आउंदे ने, हाँ जी, वह ते उहनां दीआं फैमिलीज़, हाँ जी, ये जिहड़े हैल्थ फैसिलिटीज़ ने कैनेडा दीआं वह फ्री ऑफ कॉस्ट अवेल कर सकते हैं या उहदे वास्ते भी तुहानूं अपनी पॉकेट चों पे करना पै सकदा। हाँ जी सर, सो इहदे विच देखो दोनों ही चीज़ां हैगियां ने, जे तुसीं एजुकेशन की गल करदे हो, जे तुहाडा पेरेंट, तुहाडा फादर या मदर वर्क परमिट दे उत्ते हैगा, बच्चा फ्री ऑफ कॉस्ट पब्लिक स्कूल्स दे विच पढ़ सकदा हैगा,
ਅਤੇ ਫਰੀ ਆਫ ਕੋਸਟ ਜਿਹੜੀ ਮੈਡੀਕਲ ਕਵਰੇਜ ਜੋ ਕਿ ਕੈਨੇਡੀਅਨ ਪੀ ਆਰ ਜਾਂ ਸਿਟੀਜ਼ਨਸ ਨੂੰ ਮਿਲਦੀ ਹੈਗੀ ਉਸ ਚੀਜ਼ ਦਾ ਵੀ ਤੁਸੀਂ ਲਾਭ ਉਠਾ ਸਕਦੇ ਹੋ। ਸੋ ਸੇਮ ਐਜੂਕੇਸ਼ਨ ਤੁਹਾਨੂੰ ਜਿਹੜੀ ਆ ਉਹ ਮੁਹੱਈਆ ਹੋ ਸਕਦੀ ਜਿਹੜੇ ਇੱਥੋਂ ਦੇ ਪਬਲਿਕ ਸਕੂਲਸ ਨੇ। ਬਿਲਕੁਲ ਜੀ ਬਿਲਕੁਲ। ਐਂਡ ਸੇਮ ਇਨ ਦੀ ਕੇਸ ਆਫ ਹੈਲਥ ਫੈਸਿਲਿਟੀਜ਼ ਐਜ਼ ਵੈਲ। ਬਿਲਕੁਲ ਸਰ। ਅਤੇ ਹੁਣ ਗੱਲ ਕਰਦੇ ਹਾਂ ਜੀ ਕਿ ਵਰਕ ਪਰਮਿਟ ਵੀ ਮਿਲ ਗਿਆ। ਹਾਂਜੀ। ਫੈਮਿਲੀ ਵੀ ਆ ਗਈ। ਹਾਂਜੀ। ਬੱਚੇ ਵੀ ਆ ਗਏ ਮੰਨ ਲਓ। ਹਾਂਜੀ। ਹੁਣ ਆਪਣਾ ਅਗਲਾ ਸਟੈਪ ਹੁੰਦਾ ਜੀ ਕਿ ਪੀ ਆਰ ਲੈਣੀ ਆ। ਬਿਲਕੁਲ ਜੀ। ਸੋ ਜਿਹੜੀ ਇਹ ਪੀ ਆਰ ਲੈਣ ਵਾਸਤੇ ਕਿੰਨਾ ਕੁ ਲੰਬਾ ਪ੍ਰੋਸੀਜਰ ਆ ਔਰ ਕੀ ਕੀ ਇਹਦੀਆਂ ਰਿਕੁਆਇਰਮੈਂਟਸ ਨੇ? ਹਾਂਜੀ। ਕਿਹੋ ਜਿਹੇ ਡਾਕੂਮੈਂਟਸ ਜਿਹੜੇ ਨੇ ਤੁਹਾਨੂੰ ਮੇਨਟੇਨ ਕਰਨੇ ਪੈ ਸਕਦੇ ਨੇ ਇਸ ਸਮੇਂ ਦੇ ਦੌਰਾਨ? ਹਾਂਜੀ। ਸੋ ਪੀ ਆਰ ਦਾ ਦੇਖੋ ਜਿਹੜੇ ਤਾਂ ਹੈਗੀਆਂ ਸਕਿੱਲਡ ਪੋਜੀਸ਼ਨਸ ਜੀ, ਜਿਹੜੀਆਂ ਆਪਾਂ ਨੌਕ ਓ ਏ ਜਾਂ ਬੀ ਦੀ ਗੱਲ ਕੀਤੀ ਹੈਗੀ, ਉਹਨਾਂ ਕੋਲ ਮਲਟੀਪਲ ਆਪਸ਼ਨਸ ਹੋ ਜਾਂਦੀਆਂ ਹੈਗੀਆਂ। ਉਹ ਜਿਹੜੀ ਵੀ ਪ੍ਰੋਵਿੰਸ ਦੇ ਵਿੱਚ ਆਉਂਦੇ ਨੇ ਉਹ ਪ੍ਰੋਵਿੰਸ ਦਾ ਜਿਹੜਾ ਆਪਣਾ ਨੋਮੀਨੀ ਪ੍ਰੋਗਰਾਮ ਹੈਗਾ ਉਹਦੇ ਵਿੱਚ ਪੀ ਆਰ ਉਸ ਥਰੂ ਕਰ ਸਕਦੇ ਨੇ, ਜਾਂ ਇੱਕ ਫੈਡਰਲ ਪ੍ਰੋਗਰਾਮ ਹੈਗਾ ਐਕਸਪ੍ਰੈਸ ਐਂਟਰੀ, ਉਹ ਉਸ ਦੇ ਥਰੂ ਵੀ ਪੀ ਆਰ ਹੋ ਸਕਦੇ ਨੇ ਜੀ। ਬਟ ਜਿਹੜੀਆਂ ਜੋਬਸ ਸਰ ਹੁੰਦੀਆਂ ਨੌਕ ਸੀ ਜਾਂ ਡੀ ਦੀਆਂ ਉਹ ਐਕਸਪ੍ਰੈਸ ਐਂਟਰੀ ਲਈ ਐਲੀਜੀਬਲ ਨਹੀਂ ਹੁੰਦੇ, ਉਹਨਾਂ ਕੋਲ ਇੱਕੋ ਹੀ ਆਪਸ਼ਨ ਹੁੰਦੀ ਹੈਗੀ ਆ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ। ਸੋ ਜੇ ਆਪਾਂ ਅਲਬਰਟਾ ਦੇ ਵਿੱਚ ਬੈਠੇ ਹੋਏ ਹਾਂ, ਅਲਬਰਟਾ ਦੀ ਹੀ ਗੱਲ ਕਰ ਲੈਂਦੇ ਹਾਂ ਆਪਾਂ ਪਹਿਲਾਂ। ਸੋ ਅਲਬਰਟਾ ਦੀ ਸਰ ਜੇ ਆਪਾਂ ਰਿਕੁਆਇਰਮੈਂਟ ਦੇਖੀਏ ਤਾਂ ਅਲਬਰਟਾ ਦੀ ਰਿਕੁਆਇਰਮੈਂਟ ਹੈਗੀ ਆ ਤੁਸੀਂ ਇੱਕ ਸਾਲ, ਸੋ 12 ਮਹੀਨੇ ਇੱਥੇ ਅਲਬਰਟਾ ਦੇ ਵਿੱਚ ਕੰਮ ਕਰਦੇ ਹੋ, ਤੁਸੀਂ ਮਿਨੀਮਮ ਪਲੱਸ 2 ਹੈਗੀ ਆ ਤੁਹਾਡੇ ਕੋਲ, ਅਤੇ ਮਿਨੀਮਮ CLB 5 ਜੇ ਸਕਿੱਲਡ ਜੋਬ ਆ, ਅਤੇ ਨੋਨ ਸਕਿੱਲਡ ਜੋਬ ਆ ਤਾਂ CLB 4 ਹੈਗਾ ਆ, ਤੁਸੀਂ PNP ਅਪਲਾਈ ਕਰ ਸਕਦੇ ਹੋ। ਅਤੇ ਜੇ ਤੁਹਾਡੇ ਕੋਲ ਸੇਮ ਫੀਲਡ ਦੇ ਵਿੱਚ 2 ਸਾਲ ਦਾ ਐਕਸਪੀਰੀਅੰਸ ਆਊਟਸਾਈਡ ਆਫ ਅਲਬਰਟਾ ਦਾ ਹੈਗਾ, ਸੋ ਆਊਟਸਾਈਡ ਆਫ ਅਲਬਰਟਾ ਆਈ ਮੀਨ ਚਾਹੇ ਉਹ ਵਿਦਨ ਕੈਨੇਡਾ ਦਾ ਹੋਵੇ ਚਾਹੇ ਕਿਸੇ ਵੀ ਦੇਸ਼ ਦਾ ਐਕਸਪੀਰੀਅੰਸ ਹੋਵੇ, ਤੁਸੀਂ ਅਲਬਰਟਾ ਦੇ ਵਿੱਚ ਜੋਬ ਸ਼ੁਰੂ ਕਰਕੇ ਪਹਿਲੇ ਪੇਚੈੱਕ ਦੇ ਨਾਲ ਹੀ PNP ਲਗਾ ਸਕਦੇ ਹੋ ਜੀ। ਅੱਛਾ ਜੀ। ਹਾਂਜੀ। ਸੋ ਦੂਸਰਾ ਜਿਹੜਾ ਆਪਾਂ ਐਕਸਪ੍ਰੈਸ ਐਂਟਰੀ ਦਾ ਰਾਊਟ ਹੈਗਾ ਸਰ, ਉਹਦੇ ਵਿੱਚ ਇੱਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਜਿਹੜੀ ਸਟ੍ਰੀਮ ਹੈਗੀ ਆ ਉਹਦੇ ਵਿੱਚ 1 ਸਾਲ ਤੁਸੀਂ ਸਕਿੱਲਡ ਐਕਸਪੀਰੀਅੰਸ ਕੈਨੇਡਾ ਦਾ ਜੇ ਕਰਦੇ ਹੋ ਅਤੇ ਉਸ ਦੇ ਵਿੱਚ ਆਪਣੀ ਪ੍ਰੋਫਾਈਲ ਪੂਲ ਦੇ ਵਿੱਚ ਪਾ ਸਕਦੇ ਹੋ। ਬਟ ਉਹ ਜਿਹੜਾ ਸਿਸਟਮ ਐਕਸਪ੍ਰੈਸ ਐਂਟਰੀ ਦਾ ਹੈਗਾ ਉਹ ਪੁਆਇੰਟ ਬੇਸ ਸਿਸਟਮ ਹੈਗਾ ਆ। ਪੁਆਇੰਟ ਬੇਸ ਸਿਸਟਮ ਹੈਗਾ ਜੇ ਤੁਹਾਡੇ ਪੁਆਇੰਟ ਬਣਦੇ ਹੈਗੇ ਆ ਤਾਂ ਤੁਹਾਨੂੰ ਇਨਵੀਟੇਸ਼ਨ ਟੂ ਅਪਲਾਈ ਆਏਗਾ, ਨਹੀਂ ਤਾਂ ਤੁਹਾਡੀ ਫਾਈਲ 12 ਮਹੀਨੇ ਤੱਕ ਪੂਲ ਦੇ ਵਿੱਚ ਪਈ ਹੋਵੇਗੀ। ਜੇ 12 ਮਹੀਨੇ 'ਚ ਨਹੀਂ ਕੋਈ ਤੁਹਾਨੂੰ ਇਨਵੀਟੇਸ਼ਨ ਆਉਂਦਾ ਤਾਂ ਤੁਹਾਡੀ ਪ੍ਰੋਫਾਈਲ ਐਕਸਪਾਇਰ ਹੋ ਜਾਏਗੀ। PNP ਦਾ ਪ੍ਰੋਗਰਾਮ ਜਿਹੜਾ ਹੈਗਾ ਇੱਕ ਗਾਰੰਟੀਡ PR ਦਾ ਰਾਊਟ ਹੈਗਾ, ਇਹਦੇ ਵਿੱਚ ਤੁਸੀਂ ਮਿਨੀਮਮ ਰਿਕੁਆਇਰਮੈਂਟਸ ਮੀਟ ਕਰਦੇ ਹੋ ਅਲਬਰਟਾ ਦੇ ਵਿੱਚ ਅਤੇ ਤੁਸੀਂ ਸਿਖਾਲੀ PR ਲੈ ਸਕਦੇ ਹੋ। ਠੀਕ ਹੈ ਜੀ। ਹਾਂਜੀ। ਤੁਸੀਂ ਗੱਲਬਾਤ ਕਰ ਲਈ ਆ ਕਿ ਜਿਹੜਾ ਵਰਕ ਪਰਮਿਟ ਆ ਇਹਦੇ ਵਿੱਚ ਇੱਕ ਇੰਪਲੋਇਰ ਹੋਣਾ ਚਾਹੀਦਾ। ਹਾਂਜੀ। ਉਹਦੇ ਵੱਲੋਂ ਕੰਮ ਦੀ ਜਿਹੜੀ ਆ ਉਹ ਵੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਵੀ ਸਾਨੂੰ ਕੰਮ ਚਾਹੀਦਾ। ਬਿਲਕੁਲ ਜੀ ਬਿਲਕੁਲ। ਅਤੇ ਇੰਪਲੋਈ ਵੀ ਆ ਗਿਆ ਜੀ ਇੱਥੇ, ਇੰਪਲੋਇਰ ਦੇ ਨਾਲ ਕੰਮ ਵੀ ਕਰ ਰਿਹਾ। ਹਾਂਜੀ। ਜਿਹੜਾ ਇੰਪਲੋਈ ਇੰਪਲੋਇਰ ਰਿਲੇਸ਼ਨਸ਼ਿਪ ਆ ਹਾਂਜੀ ਕਈ ਵਾਰੀ ਖਰਾਬ ਹੋ ਜਾਂਦੇ ਆ। ਹਾਂਜੀ ਹਾਂਜੀ। ਔਰ ਉਸ ਨੂੰ ਲੈ ਕੇ ਹੋਰ ਸਾਡੇ ਕੋਲ ਕੀ ਆਪਸ਼ਨਸ ਨੇ ਜੀ? ਸਰ ਇਹਦੇ ਵਿੱਚ ਇੱਕ ਬਹੁਤ ਹੀ ਵਧੀਆ ਗਵਰਨਮੈਂਟ ਨੇ ਪ੍ਰੋਗਰਾਮ ਲਾਂਚ ਕੀਤਾ ਹੋਇਆ ਹੈਗਾ ਆ, ਉਹ ਹੈਗਾ ਵਨਰੇਬਲ ਓਪਨ ਵਰਕ ਪਰਮਿਟ ਜੀ। ਬੇਸਿਕਲੀ ਕੀ ਹੈਗਾ ਉਹਦੇ ਵਿੱਚ, ਕਿਸੇ ਤਰ੍ਹਾਂ ਦਾ ਵੀ ਤੁਸੀਂ ਅਬਿਊਜ਼ ਇੰਪਲੋਇਰ ਵੱਲੋਂ ਫੇਸ ਕਰ ਰਹੇ ਹੋ, ਉਹ ਅਬਿਊਜ਼ ਫਾਈਨੈਂਸ਼ੀਅਲ ਹੈਗਾ ਆ, ਉਹ ਅਬਿਊਜ਼ ਫਿਜ਼ੀਕਲ ਹੈਗਾ ਆ, ਮੈਂਟਲੀ ਸਟ੍ਰੈਸ ਦੇ ਰਿਹਾ ਇੰਪਲੋਇਰ, ਇਮੋਸ਼ਨਲੀ ਦੇ ਰਿਹਾ, ਜਾਂ ਸੈਕਸ਼ੂਅਲ ਅਬਿਊਜ਼ ਵੀ ਉਹਦੇ ਵਿੱਚ ਆ ਜਾਂਦਾ ਹੈਗਾ। ਸੋ ਕਿਸੇ ਵੀ ਤਰ੍ਹਾਂ ਦਾ ਅਬਿਊਜ਼ ਹੈਗਾ ਆ ਉਹ ਤੁਸੀਂ ਗਵਰਨਮੈਂਟ ਜਿਹੜੀ CIC ਹੈਗੀ, ਕੈਨੇਡੀਅਨ ਇਮੀਗ੍ਰੇਸ਼ਨ ਹੈਗੀ ਆ, ਤੁਸੀਂ ਫਾਈਲ ਆਪਣੀ ਲੌਜ ਕਰ ਸਕਦੇ ਹੋ ਓਪਨ ਵਰਕ ਪਰਮਿਟ ਦੇ ਲਈ ਜੀ। ਸੋ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਅਬਿਊਜ਼ ਫੇਸ ਕਰ ਰਹੇ ਹੋ, ਗਵਰਨਮੈਂਟ ਤੁਹਾਨੂੰ ਇੱਕ ਓਪਰਚੁਨਿਟੀ ਦਿੰਦੀ ਆ ਕਿ ਤੁਸੀਂ ਸਾਹਮਣੇ ਆਓ ਅਤੇ ਅਸੀਂ ਤੁਹਾਨੂੰ ਓਪਨ ਵਰਕ ਪਰਮਿਟ ਦਿੰਦੇ ਹਾਂ, ਉਹ ਓਪਨ ਵਰਕ ਪਰਮਿਟ ਮੈਕਸੀਮਮ 1 ਸਾਲ ਦਾ ਯੂਜਲੀ ਦਿੱਤਾ ਜਾਂਦਾ ਹੈਗਾ। ਉਹ 1 ਸਾਲ ਦਾ ਵਰਕ ਪਰਮਿਟ ਬੇਸਿਕਲੀ ਇਟਸ ਅ ਟ੍ਰਾਂਜ਼ੀਸ਼ਨ ਕਿ ਤੁਸੀਂ ਇੱਕ LMI ਬੇਸਡ ਇੰਪਲੋਇਰ ਦੇ ਨਾਲ ਕੰਮ ਕਰ ਰਹੇ ਹੋ, ਉੱਥੇ ਤੁਹਾਡਾ ਸ਼ੋਸ਼ਣ ਹੋ ਰਿਹਾ ਹੈਗਾ, ਇਹ ਤੁਹਾਨੂੰ 1 ਸਾਲ ਦਾ ਪਰਮਿਟ ਦਿੱਤਾ ਜਾਂਦਾ। 1 ਸਾਲ ਦੇ ਪਰਮਿਟ ਦੇ ਵਿੱਚ ਤੁਸੀਂ ਹੋਰ ਕੋਈ ਜੋਬ ਲੱਭ ਕੇ ਆਪਣਾ ਜਿਹੜਾ ਫਿਊਚਰ ਹੈਗਾ ਹੋਰ ਕਿਸੇ ਪਾਸੇ ਦੇਖ ਸਕਦੇ ਹੋ ਜੀ। ਸੋ ਓਪਨ ਵਰਕ ਪਰਮਿਟ ਦਾ ਮਤਲਬ ਆ ਵੀ ਤੁਸੀਂ ਕਿਸੇ ਹੋਰ, ਮਤਲਬ ਕਿਸੇ ਵੀ ਇੰਪਲੋਇਰ ਦੇ ਨਾਲ ਕੰਮ ਕਰ ਸਕਦੇ? ਬਿਲਕੁਲ ਜੀ। ਸੋ ਇਸ ਓਪਨ ਵਰਕ ਪਰਮਿਟ ਦੇ ਵਿੱਚ ਤੁਸੀਂ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਕਿਸੇ ਵੀ ਜੋਬ ਦੇ ਵਿੱਚ ਆਪਣੀ ਨਵੀਂ ਇੱਕ ਤਰ੍ਹਾਂ ਸ਼ੁਰੂਆਤ ਕਰ ਸਕਦੇ ਹੋ ਜੇ ਤੁਸੀਂ ਫਸੇ ਹੋਏ ਹੋ ਕਿਸੇ ਇੰਪਲੋਇਰ ਦੇ ਨਾਲ। ਇਹਦੇ ਵਿੱਚ ਸਰ ਮੈਂ ਇੱਕ ਹੋਰ ਇੰਟਰਸਟਿੰਗ ਫੈਕਟ ਸ਼ੇਅਰ ਕਰਨਾ ਚਾਹੁੰਦਾ ਜੀ। ਜਦੋਂ ਤੁਸੀਂ ਐਪਲੀਕੇਸ਼ਨ ਕਰ ਦਿੰਦੇ ਹੋ, ਜਿਹੜੀ ਤੁਸੀਂ ਐਪਲੀਕੇਸ਼ਨ ਕੀਤੀ ਹੈ, ਜਿਹੜੇ ਸਪੋਰਟਿੰਗ ਡਾਕੂਮੈਂਟਸ ਤੁਸੀਂ ਲਗਾਏ ਹੈਗੇ ਆ, ਉਸ ਬੇਸਿਸ ਦੇ ਉੱਤੇ ਹੀ
ਜਿਹੜਾ ਆਫੀਸਰ ਆ ਤੁਹਾਨੂੰ ਰਿਜ਼ਲਟ ਦਿੰਦਾ ਹੈਗਾ ਕਦੀ ਵੀ ਉਹ ਇੰਪਲੋਇਰ ਨੂੰ ਕਾਲ ਕਰਕੇ ਨਹੀਂ ਪੁੱਛਦੇ ਕਿਸੇ ਵੀ ਇਨਫੋਰਮੇਸ਼ਨ ਨੂੰ ਵੈਰੀਫਾਈ ਕਰਨ ਦੇ ਲਈ ਸੋ ਉਸ ਦੇ ਵਿੱਚ ਇੰਪਲੋਈ ਸੇਫ ਹੈਗਾ ਆ ਕਿਉਂਕਿ ਇੰਪਲੋਇਰ ਨੂੰ ਕੋਈ ਇਨਫੋਰਮੇਸ਼ਨ ਨਹੀਂ ਆ ਕਿ ਤੁਸੀਂ ਓਪਨ ਵਰਕ ਪਰਮਿਟ ਕੀਤਾ ਹੋਇਆ ਹੈਗਾ ਈਵਨ ਆਫਟਰ ਅਪਰੂਵਲ ਵੀ ਉਹ ਡਾਇਰੈਕਟ ਇੰਪਲੋਇਰ ਨੂੰ ਨਹੀਂ ਕੰਟੈਕਟ ਕਰਦੀ ਇਮੀਗ੍ਰੇਸ਼ਨ ਬਟ ਹਾਂ ਇੰਪਲੋਇਰ ਦੀ ਇਨਵੈਸਟੀਗੇਸ਼ਨ ਜ਼ਰੂਰ ਹੁੰਦੀ ਹੈਗੀ ਆ ਉਹ ਟੋਟਲੀ ਤੁਹਾਡੇ ਨਾਲ ਰਿਲੇਟਡ ਨਹੀਂ ਹੁੰਦੀ ਸੋ ਤੁਸੀਂ ਉਹਦੇ ਵਿੱਚ ਪੂਰੇ ਸੇਫ ਹੋ ਜੇ ਤੁਹਾਡਾ ਅਪਰੂਵਲ ਆ ਜਾਂਦੀ ਹੈ ਵਰਕ ਪਰਮਿਟ ਦੀ ਤੁਸੀਂ ਨਵੀਂ ਜੋਬ ਸਟਾਰਟ ਕਰ ਸਕਦੇ ਹੋ ਕਿਸੇ ਕਾਰਨ ਕਰਕੇ ਤੁਹਾਡਾ ਵਰਕ ਪਰਮਿਟ ਉਹ ਰਿਫਿਊਜ਼ ਹੋ ਜਾਂਦਾ ਹੈਗਾ ਅਤੇ ਇੰਪਲੋਇਰ ਨੂੰ ਕੋਈ ਵੀ ਨੋਟੀਫਿਕੇਸ਼ਨ ਨਹੀਂ ਜਾਂਦੀ ਉਸ ਦੇ ਵਿੱਚ ਅਤੇ ਤੁਹਾਡਾ ਜਿਹੜਾ ਵਰਕ ਪਰਮਿਟ ਕਰੰਟ ਵਰਕ ਪਰਮਿਟ ਹੈ ਉਹ ਐਜ਼ ਇਜ਼ ਹੀ ਚੱਲਦਾ ਰਹਿੰਦਾ ਹੈਗਾ ਜੀ ਹਾਂਜੀ ਸੋ ਕਹਿਣ ਦਾ ਮਤਲਬ ਕਿ ਅਗਰ ਤੁਸੀਂ ਵਰਕ ਪਰਮਿਟ 'ਤੇ ਜੇ ਅਬਿਊਸ ਹੋ ਰਹੇ ਜੇ ਹਾਂਜੀ ਘਬਰਾਉਣ ਦੀ ਡਰਨ ਦੀ ਲੋੜ ਨਹੀਂ ਆ ਬਿਲਕੁਲ ਤੁਸੀਂ ਜਿਹੜਾ ਵਲਨਰੇਬਲ ਓਪਨ ਵਰਕ ਪਰਮਿਟ ਅਪਲਾਈ ਕਰ ਸਕਦੇ ਜੇ ਔਰ ਇਹ ਤੁਹਾਡੇ ਲਈ ਖਾਸ ਕਰਕੇ ਕੈਨੇਡਾ ਦੀ ਸਰਕਾਰ ਨੇ ਪ੍ਰੋਗਰਾਮ ਤਿਆਰ ਕੀਤਾ ਹੋਇਆ ਬਿਲਕੁਲ ਜੀ ਬਿਲਕੁਲ ਅਨਮੋਲ ਭਾਅ ਜੀ ਕਾਫੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੁਸੀਂ ਅੱਜ ਵਰਕ ਪਰਮਿਟ ਨਾਲ ਰਿਲੇਟਡ ਹਾਂਜੀ ਜਾਣ ਤੋਂ ਪਹਿਲਾਂ ਇੱਕ ਵਾਰੀ ਫਿਰ ਸਾਡੇ ਦਰਸ਼ਕਾਂ ਦੇ ਨਾਲ ਆਪਣਾ ਸੰਪਰਕ ਨੰਬਰ ਜਿਹੜਾ ਉਹ ਸਾਂਝਾ ਕਰ ਦਿਓ ਜੀ ਸੋ ਸੰਪਰਕ ਨੰਬਰ ਸਾਡਾ ਹੈਗਾ ਜੀ 780-246-4848 780-246-4848 ਅਤੇ ਅਸੀਂ ਪਿਛਲੇ ਮਹੀਨੇ ਹੀ ਇੰਡੀਆ ਵੀ ਆਫਿਸ ਖੋਲ੍ਹਿਆ ਹੈਗਾ ਅਤੇ ਇੰਡੀਆ ਦਾ ਸਾਡਾ ਜਿਹੜਾ ਐਡਰੈਸ ਹੈਗਾ ਆ ਵਿਲੇਜ ਐਂਡ ਪੋਸਟ ਆਫਿਸ ਸੜੋਆ ਜ਼ਿਲ੍ਹਾ ਨਵਾਂਸ਼ਹਿਰ ਤਹਿਸੀਲ ਬਾਲਾਚੌਰ ਪੰਜਾਬ ਦੇ ਵਿੱਚ ਆਪਣਾ ਆਫਿਸ ਹੈਗਾ ਉਸ ਦੀ ਡੀਟੇਲਸ ਵੀ ਆਪਾਂ ਅਗਲੀਆਂ ਇੰਟਰਵਿਊਜ਼ ਦੇ ਵਿੱਚ ਸ਼ੇਅਰ ਕਰਾਂਗੇ ਕੀ ਬਾਤ ਹੈ ਜੀ ਹਾਂਜੀ ਅਤੇ ਭਾਅ ਜੀ ਵਾਕਈ ਤੁਸੀਂ ਅੱਜ ਵਰਕ ਪਰਮਿਟ ਨਾਲ ਰਿਲੇਟਡ ਕਾਫੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ ਹਾਂਜੀ ਸਮਾਂ ਕੱਢਿਆ ਸਾਡੇ ਸਟੂਡੀਓ ਵਿੱਚ ਆਏ ਸਾਡੇ ਦਰਸ਼ਕਾਂ ਦੇ ਸਨਮੁਖ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ EWC ਇਮੀਗ੍ਰੇਸ਼ਨ ਤੋਂ ਮਾਹਰ ਸਰਦਾਰ ਅਨਮੋਲ ਨਾਗਰਾ ਜੀ ਆਸ ਕਰਦੇ ਹਾਂ ਕਿ ਵਰਕ ਪਰਮਿਟ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਤੁਹਾਨੂੰ ਅੱਜ ਮੁਹੱਈਆ ਕਰਵਾਈ ਆ ਤੁਹਾਨੂੰ ਪਸੰਦ ਆਈ ਹੋਵੇਗੀ ਆਉਣ ਵਾਲੇ ਐਪੀਸੋਡ ਦੇ ਵਿੱਚ ਹੋਰ ਨਵੇਂ ਚਿਹਰਿਆਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਣ ਦਾ ਯਤਨ ਕਰਦੇ ਰਹਾਂਗੇ ਤਦ ਤੱਕ ਲਈ ਮਨਜੀਤ ਸਿੰਘ ਫਿਰੂਮਾਨ ਨੂੰ ਐਡਮਿੰਟਨ ਸਟੂਡੀਓ ਤੋਂ ਇਜਾਜ਼ਤ ਧੰਨਵਾਦ